ਸਤਿ ਸ਼੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਦੀ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਦੀ 56 ਇੰਚ ਦੀ ਛਾਤੀ ਦੇ ਉੱਤੇ ਤਿੱਖਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ 56 ਇੰਚ ਦੀ ਛਾਤੀ ਦਾ ਫਾਇਦਾ ਤਾਂ ਜੇ ਲੋਕ ਕਹਿਣ ਆਪਣੇ ਮੂੰਹੋਂ ਕਹਿਣ ਨਾਲ ਕੋਈ ਵੀ ਤਾਕਤ ਵੱਡੀ ਨਹੀਂ ਹੁੰਦੀ। ਉਹਨਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਜਦੋਂ ਕਿਸਾਨਾਂ ਸਾਹਮਣੇ ਆਈ ਸੀ ਤਾਂ ਕਿਸਾਨਾਂ ਦੇ ਵੱਲੋਂ ਫਿਰ ਪਲਟਵਾਰ ਕੀਤਾ ਗਿਆ ਸੀ ਖੇਤੀ ਕਾਨੂੰਨਾਂ ਦੇ ਤਹਿਤ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੇ ਉੱਤੇ ਸਲਾਹ ਦਿੱਤੀ ਗਈ ਸੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਅਤੇ ਜੇਕਰ ਕਿਸਾਨਾਂ ਨੂੰ ਇਹ 3 ਖੇਤੀ ਕਾਨੂੰਨ ਜੋ ਤੁਹਾਡੇ ਵੱਲੋਂ ਲਿਆਂਦੇ ਗਏ ਨੇ ਪਸੰਦ ਨਹੀਂ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਮੈਂ ਖੁਦ ਵਾਪਸ ਕਰ ਲੈਂਦਾ, ਪਰੰਤੂ ਜਦੋਂ ਤੱਕ ਪ੍ਰਧਾਨ ਮੰਤਰੀ ਇਸ ਗੱਲ ਦੇ ਉੱਤੇ ਪਸ਼ਚਾਤਾਪ ਕਰਦੇ, ਪਰੰਤੂ ਉਦੋਂ ਤੱਕ ਦੇਰੀ ਹੋ ਚੁੱਕੀ ਸੀ। ਕੀ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ? ਤੁਸੀਂ ਖੁਦ ਸੁਣ ਲਓ। ਮੈਂ ਬੋਲਦਿਆਂ ਨਰਿੰਦਰ ਮੋਦੀ ਜੀ ਹਾਊਸ ਮਿਨਿਸਟਰ, ਮੈਂ ਪ੍ਰਧਾਨ ਮੰਤਰੀ ਜੀ ਨੂੰ ਪੇਸ਼ਕਸ਼ ਕੀਤੀ ਸੀ। ਮੈਂ ਕਿਹਾ ਸੀ ਪ੍ਰਧਾਨ ਮੰਤਰੀ ਜੀ ਮੇਰੀ ਗੱਲ ਸੁਣੋ, ਤੁਸੀਂ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ, ਤੁਸੀਂ 56 ਇੰਚ ਦੀ ਛਾਤੀ ਦਾ ਆਪਣੀ ਦਾ ਜ਼ਿਕਰ ਕਰ। ਮੈਂ ਕਿਹਾ ਸੀ ਪ੍ਰਧਾਨ ਮੰਤਰੀ ਜੀ ਹੁਣ ਸਟੇਟਸਮੈਨ ਬਣਨ ਦਾ ਮੌਕਾ ਹੈ, 56 ਇੰਚ ਦੀ ਛਾਤੀ ਦਾ ਤਾਂ ਲਾਭ ਹੈ ਜੇ ਹਰ ਹਿੰਦੁਸਤਾਨ ਦਾ ਵਿਅਕਤੀ ਇਹ ਸਮਝੇ ਕਿ ਪ੍ਰਧਾਨ ਮੰਤਰੀ ਸਾਡਾ ਪ੍ਰਧਾਨ ਮੰਤਰੀ, ਕੋਈ ਇੱਕ ਫਿਰਕਾ ਨਹੀਂ ਸਮਝਣਾ ਚਾਹੀਦਾ ਕਿ ਇਕੱਲਾ ਸਾਡਾ, ਹਿੰਦੁਸਤਾਨ ਦਾ ਹਰ ਨਿਵਾਸੀ ਭਾਵੇਂ ਘੱਟ ਗਿਣਤੀ ਜਾਂ ਭਾਵੇਂ ਵੱਧ ਗਿਣਤੀ, ਭਾਵੇਂ ਦਲਿਤ ਭਰਾ ਨੇ, ਭਾਵੇਂ ਪਛੜੀਆਂ ਸ਼੍ਰੇਣੀਆਂ ਨੇ, ਭਾਵੇਂ ਘੱਟ ਗਿਣਤੀਆਂ ਵਾਲੇ ਲੋਕ ਨੇ, ਭਾਵੇਂ ਇਕਨੋਮਿਕਲੀ ਵੀਕਰ ਸੈਕਸ਼ਨ ਨੇ, ਉਹ ਸਾਰਿਆਂ ਦੇ ਤੁਸੀਂ ਮਹਾਨ ਲੀਡਰ, ਤੁਸੀਂ ਫੈਮਿਲੀ ਦੇ ਹੈੱਡ ਹੋ। ਜਿਸ ਦਾ ਬਾਪ ਦਾ ਰੋਲ ਹੁੰਦਾ ਉਹ ਹੀ ਪ੍ਰਾਈਮ ਮਿਨਿਸਟਰ ਦਾ ਰੋਲ। ਮੈਂ ਉਹਨਾਂ ਨੂੰ ਪੇਸ਼ਕਸ਼ ਕੀਤੀ, ਮੇਰੀ ਗੱਲ ਸਮਝੋ ਮੇਰੇ ਵੀਰੋ, ਮੇਰੀ ਪੇਸ਼ਕਸ਼ ਸੀ ਕਿ ਮੈਂ ਆਪੋਜੀਸ਼ਨ ਦਾ MP ਹਾਂ, ਜ਼ਿਆਦਾ ਕਿਸਾਨ ਪੰਜਾਬ ਦੇ ਬੈਠੇ ਨੇ, ਮੈਂ ਆਪਣੇ ਨਾਲ 13-14 ਹੋਰ ਆਪੋਜੀਸ਼ਨ ਪਾਰਟੀਆਂ ਦੇ MP ਨਾਲ ਲੈਂਦਾ, ਤੁਸੀਂ ਸਾਡੇ ਨਾਲ ਸਿੰਘੂ ਬਾਰਡਰ ਚਲੋ, ਤੁਸੀਂ ਇੰਨੀ ਗੱਲ ਕਿਸਾਨਾਂ ਨੂੰ ਕਹੋ ਕਿ ਮੇਰੇ ਵੀਰੋ ਇਹ ਜਿਹੜੇ ਕਾਨੂੰਨ ਜਿਹਨਾਂ ਨੂੰ ਤੁਸੀਂ ਕਾਲੇ ਕਾਨੂੰਨ ਦੱਸਦੇ ਹੋ, ਮੈਂ ਤੁਹਾਡੀ ਬੇਨਤੀ ਵਾਸਤੇ ਲੈ ਕੇ ਆਇਆ ਸੀ ਕਿ ਜੇ ਤੁਹਾਨੂੰ ਨਹੀਂ ਮਨਜ਼ੂਰ ਮੈਂ ਕਾਨੂੰਨ ਵਾਪਸ ਲੈ। ਮੈਂ ਕਿਹਾ ਜੀ ਪਹਿਲਾ ਨਾਰਾ ਤੁਹਾਡੇ ਹੱਥ 'ਚ ਪ੍ਰਤਾਪ ਸਿੰਘ ਬਾਜਵਾ ਮਾਰੇ, ਤੁਹਾਡੇ ਹੱਕ 'ਚ ਤੁਹਾਡੀ ਜੈ ਜੈਕਾਰ ਕਰਾਵਾਂਗੇ, ਫਿਰ ਤੁਸੀਂ ਸੇਲਸਮੈਨ ਬਣੋਗੇ ਤਾਂ ਫਿਰ 56 ਇੰਚ ਦੀ ਤੁਹਾਡੀ ਛਾਤੀ ਲੋਕ ਬੁੱਢਣਗੇ 56 ਇੰਚ ਦੀ ਛਾਤੀ। ਜਿੱਡੀ ਵੱਡੀ ਪੋਜੀਸ਼ਨ ਹੋਏ ਉੱਡਾ ਹੀ ਲੀਡਰ ਫਰਾਕ ਦਿਲ ਹੋਣਾ ਚਾਹੀਦਾ। ਬਟ ਉਹਨਾਂ ਨੇ ਮੇਰੀ ਗੱਲ ਤੇ ਗੌਰ ਨਹੀਂ ਕੀਤਾ। 700 ਤੋਂ ਵੱਧ ਸਾਡੇ ਲੋਕ ਸ਼ਹੀਦ ਹੋਏ। ਅਲਟੀਮੇਟਲੀ ਨਰਿੰਦਰ ਮੋਦੀ ਜੀ ਨੂੰ ਇੱਕ ਫੈਸਲਾ 10 ਸਾਲਾਂ ਜਿਹੜਾ ਵਾਪਸ ਲੈਣਾ ਪਿਆ।